Prandeep. Yes. 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 Yeah. शादी में अब मेरे बाकी जिसम मेरा चिटा हुआ अब इतने अभी ठीक है बताऊंगा साहब शादी बताऊंगा बेंगन बेंगन नहीं नहीं ऐ पता की रोल होना मैं तुम दस क्योंकि ऐ ढकिया नहीं ना जाता इधर ते मिट्टी छिट्टी पेंदी है ऐ भी नहीं ढकी जाती ते इतने क्यों नहीं पेंदी नहीं नहीं ये तुसी क्लोज रख दे हुण मेरा जिस्म कच्ची गिरी रगा मतलब मैं हुण ये समझा कि मैं बहुत वाइट हां मैं बहुत बाकी ना कच्ची गिरी रगा नहीं तेरा नजरा तो गिरी रगा बाकी ना तुसी एक अपनी जिस्म ना तुसी जास्ती कीती भाया की मैं जास्ती हुण जिहड़े मौके कटाए तुसी दो हां जी ओ यार नाले सही मौके से ही कटाते अच्छा नाले चलो कटा जिन्ना मर्जी अब आ हुण मेरे मौका निकले इथे अपने जिस्म ते तशद्दुद करना पता कितना माड़ा हुंदा उस्ताद जी बहुत गलत आ जिहड़े ब्लेड ब्लूड तुसीं मारे होए ने बस यार फिर जदों ਇਸ਼ਕ ਚ ਵੱਜ ਜਾਂਦੇ ਨੇ ਤੇ ਇਹ ਵੀ ਇਹ ਚ ਮਾਰੇ ਬਲੇਡ ਤੇ ਛੁਰੀਆਂ ਜਾਨੀਆਂ ਹਾਂ ਇਹ ਵੀ ਤਸ਼ੱਦਦ ਆ ਜਿਹੜਾ ਤੂੰ ਆਪਣੇ ਮੁੰਡਿਆਂ ਨੂੰ ਕੁੱਟਦਾ ਐਂ ਐ ਤਾਂ ਬੈਠਾ ਬਲੇਡ ਮਾਰੇ ਸਿੱਧੇ ਫੜ ਕੇ ਸਾਈ ਕਿੱਡੀ ਮਾੜੀ ਗੱਲ ਹੁੰਦੀ ਬਸ ਇਸ ਤਰ੍ਹਾਂ ਹੀ ਤੁਹਾਡੀ ਬਾਹ ਤੇ ਇੱਕ ਫਿਲਮ ਹੋਈ ਆ ਦੇਖੋ ਇੱਥੇ ਲੈ ਕੇ ਇੱਥੇ ਤੱਕ ਬਲੇਡ ਹੀ ਵੱਜੇ ਨੇ ਸਾਰੇ ਤੁਹਾਡੀ ਬਾਹ ਤੇ ਇੱਕ ਮੂਵੀ ਲਿਖੀ ਪਾਇਆ ਮਾਸ਼ਾਅੱਲਾ ਸਾਡੇ ਉਸਤਾਦ ਨੇ ਪਿਆਰੇ ਲੱਗਦੇ ਨੇ ਜੰਗੀ ਜਹਾਜ਼ ਚਿੱਟਾਂ ਢੋਈਆਂ ਹੁੰਦੀਆਂ ਵਾ ਸਾਡੀ ਕਿਸਮਤ ਵੀ ਹੈ ਇਸਾਦੇ ਉਸਤਾਦ ਓਹ ਹੋ ਹੋ ਸਾਡੀ ਕੀ ਕਹਿੰਦੇ ਸਾਡੀ ਓਹ ਵਾਹ ਜੀ ਵਾਹ ਐਡਾ ਕਮਜ਼ੋਰ ਆ ਸਾਡ ਜੀ 9ਵੇਂ ਮਹੀਨੇ ਵੀ ਅਲਟਰਾਸਾਊਂਡ ਜੀ ਨਜ਼ਰ ਆਇਆ ਕੀ ਬਾਤ ਹੈ ਪੂਰੀ ਛੱਲੇ ਚ ਹੈਲੀਕਾਪਟਰ ਪਾ ਕੇ ਗੱਲ ਚ ਪਾਇਆ ਹੁੰਦਾ ਛੱਲੇ ਚ ਵਾਹ ਵਾਹ ਜੰਗੀ ਜਹਾਜ਼ ਤੇ ਪੀਂਗ ਪਾਈ ਹੁੰਦੀ ਮਸਲਨ ਕਿਸ ਤਰ੍ਹਾਂ ਜੰਗੀ ਜਹਾਜ਼ ਬਸ ਬਾਲ ਕੇ ਉਹ ਵੀ ਇੰਜ ਵੀ ਕਰੀ ਜਾਂਦੇ ਤੂੰ ਕਹਿੰਦੇ ਚੈਨ ਲੱਥ ਵੀ ਆਹੋ ਸਾਰ ਜੀ ਐਡੀ ਉੱਚੀ ਕੀੜੀ ਹੁੰਦੀ ਹੈ ਆਹ ਮੋਟੀ ਸਾਰ ਜੀ ਵਾਹ ਵਾਹ ਤੂੰ ਆਮਾ ਉਹ ਨਾ ਉਦਨ ਦਾ ਬੇਟੇ ਕੋ ਤੇਰੇ ਕੋ ਮੇਰੀ ਬੱਕਰੀ ਉਦਨ ਨਹੀਂ ਸੀ ਹੋ ਰਹੀ ਆ ਦਾਨਿਸ਼ ਵੀ ਇਹਨੂੰ ਧੂਆ ਮਾਰਨ ਵਾਲੀ ਬੱਕਰੀ ਹੁੰਦੀ ਉਹ ਵੀ ਇਹਨਾਂ ਜਿੱਦਾਂ ਕੁੱਬੇ ਨੇ ਲਾਗੜ ਪਾਇਆ ਉਹ ਲਮਕਦਾ ਹੀ ਰਹਿੰਦਾ ਕੁੱਬੇ ਨੇ ਲਾਗੜ ਪਾਇਆ ਤੂੰ ਅੱਗੇ ਹੀ ਹੈ ਬਸ ਯਾਰ ਦੱਸ ਯਾਰ ਕੀ ਅੱਛੀ ਗੱਲ इधर वेख लो फ्रिज च ताया तूता इधर वेख लो ਅੱਬੇ ਦੇ ਕੋਟ ਨਾਲ ਜੁੱਤੀ ਸਾਫ਼ ਕੀਤੀ ਹੁੰਦੀ ਮੈਂ ਵੀ ਇਹ ਉਹ ਬਸ ਕਰਿਆ ਕਰੋ ਉਸਤਾਦ ਜੀ ਕਿਹੜੀ ਚੱਲ ਅੱਛਾ ਚਲੋ ਨਹੀਂ ਸਹੀ ਯਾਰ ਉਹਦਾ ਵੀ ਕਿੱਦਾਂ ਦੀ ਕੌਮੇਡੀ ਦੀ ਆਵਾਜ਼ ਆਂਦੀ ਹੈ ਮਜ਼ੇਦਾਰ ਆ ਫੈਸਲ ਇਹ ਸੁਪਰਮੈਨ ਸੀ ਐਡੀ ਸਪੀਡ 'ਚ ਗੁੱਸੇ ਨਾਲ ਉੱਡਿਆ ਤੇ ਦਿਮਾਗ ਨੂੰ ਅੱਗ ਪੈ ਗਈ ਬਾਸ ਵੀ ਇੱਕ ਵਿਆਹ ਦੇ ਉੱਤੇ ਉੱਡਣ ਡਿਆ ਤੇ ਉਹਨਾਂ ਫੈਰ ਮਾਰਿਆ ਤੇ ਡਿੱਗ ਪਿਆ ਫਰੀਦ ਵੀ ਭਾਈ ਅਚਾਨਕ ਹੀ ਉੱਡਿਆ ਇੱਕ ਅਚਾਨਕ ਇਹਨੂੰ ਸੁਪਰਮੈਨ ਦਾ ਫੋਨ ਆਇਆ ਕੋਈ ਗੱਲ ਨਹੀਂ ਹਾਂਜੀ ਸੁਪਰਮੈਨ ਕੋਈ ਗੱਲ ਨਹੀਂ ਨਹੀਂ ਚੱਲ ਸੋਚ ਕਰ ਲੈ ਅਚਾਨਕ ਹੀ ਸੁਪਰਮੈਨ ਦਾ ਇਹਨੂੰ ਫੋਨ ਆ ਗਿਆ ਫਰੀਦ ਨੂੰ ਉਹ ਕਹਿੰਦਾ ਇੱਧਰ ਆ ਤੇ ਅਚਾਨਕ ਹੀ ਭਾਈ ਉੱਡਿਆ ਉਹ ਨਾਲ ਦੇ ਭਾਈ ਕਿਤੇ ਹਾਂਡੀ ਪਕਾਉਣ ਦੇ ਸੀ ਅੱਖਾਂ 'ਚ ਮਿਰਚਾਂ ਪਈਆਂ ਉੱਥੇ ਖੰਭੇ 'ਚ ਵੱਜ ਆਵਾਜ਼ ਪੁਲਿਸ ਦੇ ਵਿੱਚ ਪੁਲਿਸ ਦੇ ਵਿੱਚ ਪੁਲਿਸ ਮੁਕਾਬਲਾ ਹੋ ਗਿਆ ਤੇ ਫਾਇਰਿੰਗ ਹੋ ਗਈ ਇਹਨੂੰ ਕਹਿੰਦੇ ਫਾਇਰ ਕੱਢ ਕਹਿੰਦਾ ਪਹਿਲਾਂ ਮੇਰੀ ਤਨਖਾਹ ਵਧਾਓ ਸੁਪਰਮੈਨ ਸੀਗਾ ਤੇ ਆਪਣੇ ਘਰਦਿਆਂ ਨੂੰ ਕਹੀ ਜਾਵੇ ਮੈਨੂੰ 1-2-5 ਲੈ ਕੇ ਆਹ ਇਹ ਵੀ ਸੁਪਰਮੈਨ ਸੀ ਇਹਦਾ ਆਪਾਂ ਕਹਿੰਦਾ ਪੁੱਤਰ ਅੱਜ ਉੱਡਣਾ ਨਹੀਂ ਕਹਿੰਦਾ ਨਹੀਂ ਬਾਜੀ ਆਉਣਾ ਜਿਹੜੀ ਚਾਦਰ ਨਾਲ ਮੈਂ ਧੋਣ ਲਈ ਦਿੱਤੀ ਹੈ ਕਿਹੜੀ ਉਹ ਜਿਹੜੀ ਕੁੜੀ ਬਾਰਿਸ਼ 'ਚ ਤੁਰੀ ਜਾਣ ਦੀ ਬਾਸ ਨੂੰ ਬੜਾ ਪਿਆਰਾ ਲੱਗਾ ਤੇ ਅੱਜ ਬੋਰੇ ਦਾ ਕੁੱਬ ਕੱਢ ਕੇ ਉੱਤੇ ਪਾ ਆਇਆ ਆਪਣੀ ਬੇਗਮ ਨੇ ਜਾਣ ਡਿਆ ਤੇ ਆਪਣੀ ਬੁੱਢੀ ਨੂੰ ਕਵੇ ਤੈਨੂੰ ਕੋਈ ਵੀ ਪੁੱਛੇ ਤੇ ਕਹੀ ਮੈਂ ਤੇਰਾ ਬੰਦਾ ਵਾ ਫੈਸਲ ਵੀ ਰੋਣ ਡਿਆ ਉੱਥੇ ਕਿਉਂ
ਕਹਿੰਦਾ ਬਾਜੀ ਨੋਨੀ ਨਾਲ ਵਿਆਹ ਕਰਾਉਣਾ ਬਾਜੀ ਨੋਨੀ ਤਾਂ ਜੀ ਤੁਸੀਂ ਇੰਜ ਸੂਰਜ ਦੇ ਕੋਲ ਜਾ ਕੇ ਇੰਜ ਕੀਤਾ ਤੁਸੀਂ ਸਾਜੀ ਇੰਜ ਜਿਵੇਂ ਉਹ ਚਰਨ ਤੇ ਮਾਈ ਨੀ ਜਿਹੜੀ ਚਰਖਾ ਕੱਟਦੀ ਉਦੋਂ ਕੋਈ 10 ਰੁਪਏ ਦਾਰੇ ਮੰਗੇ ਸਾਡੇ ਵਾਰੀ ਵਾਸੀਆਂ ਆਣ ਡਈਆਂ ਸਾਜੀ ਤੇ ਨੀ ਕਰਦੇ ਫੈਸਲ ਦੇਖ ਲਓ ਜਿਵੇਂ ਜਿੰਨ ਨੂੰ ਫਲਵੈਰੀ ਨਿਕਲੀ ਸਾਜੀ ਟੈਂਕ ਚ ਨਾਸ਼ਤਾ ਲਾਇਆ ਹੁੰਦਾ ਕਿੱਥੇ ਟੈਂਕ ਚ ਟੈਂਕ ਚ ਨਸੀਬੋ ਲਾਲ ਦੀ ਗਾਣੇ ਲਾਏ ਹੁੰਦੇ ਥੁੱਕ ਸੁੱਟਣ ਨਾਲ ਧੌਣ ਦਾ ਮਣਕਾ ਟੁੱਟ ਗਿਆ ਦੁਸ਼ਮਣਾਂ ਨੂੰ ਟੌਮ ਐਂਡ ਜੈਰੀ ਕਾਟਨ ਲਾ ਕੇ ਆਰੇ ਲਾਇਆ ਹੁੰਦਾ ਬਾਈ ਨੇ ਫੈਸਲ ਨੂੰ ਕਿਹਾ ਹੁੰਦਾ ਹੋਸ਼ ਹੋ ਵਾਹ 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 ਖੁਸ਼ੀ ਦੇ ਮੌਕੇ ਤੇ ਕੀਤਾ ਪੜਦਾਦੇ ਨੂੰ ਜਦੋਂ ਕੀ ਜੈਕਟ ਲਾ ਕੇ ਦਿੱਤੀ ਹੁੰਦੀ ਹੈ ਇਹਦੇ ਚ ਕਿਹੜੀ ਜੁਗਤ ਸੀ ਪੜਦਾਦਾ ਕਿਤੋਂ ਲੈਦਰ ਦੀ ਜੈਕਟ ਦਾ ਦੋ ਹੈਗਾ ਭਲਾ ਮੋਕੀਆਂ ਚਾਦਰ ਲੈ ਕੇ ਨਹੀਂ ਨਹੀਂ ਮੋਕਦੀ ਨਹੀਂ ਸੱਪ ਦੀ ਗਿੱਚ ਕੀਤੀ ਹੁੰਦੀ ਹਰ ਚੌਥੇ ਸ਼ੋਅ ਚ ਉਹਦੀ ਗਿੱਚ ਕਰਦਾ ਕਿੰਨਾ ਅੱਲਾ ਦੀ ਕਸਮ ਮੈਂ ਬਹੁਤ ਘੱਟ ਕਰਦਾ ਤੂੰ ਅਗਲੀ ਜੁਗਤ ਬਦਲ ਲਾ ਕਿਉਂਕਿ ਸੱਪ ਦੀ ਗਿੱਚ ਕਰਕੇ ਉੱਤੇ ਰਬੜ ਚੜਾਈ ਜਾਂਦਾ ਇੰਜ ਕਰਦਾ ਫਿਰ 2 ਮਹੀਨੇ ਬਾਅਦ ਕੀ ਰਬੜ ਚੜਾ ਕੇ ਮੇਜ਼ ਤੇ ਰੱਖਿਆ ਹੁੰਦਾ ਇੰਜ ਅੱਗੇ ਵੀ ਤੁਰਨਾ ਸੱਪ ਦੀ ਗਿੱਚ 72 ਸੀਟਰ ਸਾਈਕਲ ਹੁੰਦਾ ਹਾਂ ਆਹ ਦੇਖ ਲਾ ਲੱਕ ਚ ਸੱਪ ਮਾਰ ਕੇ ਲਾਸ਼ ਪਾਈ ਹੁੰਦੀ ਹੈ ਆਹ ਤਾਂ ਅਭੀ ਆ ਤਾਂ ਨਵੀਂ ਸੀ ਨਾ ਅੱਗੋਂ ਦੇ ਹਾਂਜੀ ਚਲੋ ਭਾਜੀ ਟੁੰਡੇ ਦੀ ਥਰੋਵਰ ਗਾਉਂਗਾ ਠੀਕ ਹੈ ਸੱਪ ਨਾਲ ਲੜ ਕੇ ਘੁਮਾਇਆ ਹਾਂ ਸੱਪ ਦੇ ਅੱਗੇ ਇੱਟ ਬਨ ਕੇ ਗਾੜੀ ਦੇ ਵਿੱਚ ਖੜਿਆ ਹੁੰਦਾ ਗੁੰਡੇ ਨੇ ਲਹਿੰਗਾ ਪਾਇਆ ਕਿੰਨੇ ਗੁੰਡੇ ਨੇ ਮੁੰਡੇ ਨੇ ਬਦਮਾਸ਼ ਨੇ ਸੱਪ ਦਾ ਸਾਫਾ ਬਣਾਇਆ ਹੁੰਦਾ ਸੱਪ ਨੇ ਚੈਪ ਖੋਲਿਆ ਅੱਛਾ ਇਹਦਾ ਇਹਦੀ ਗੇਮ ਕੈਰਮ ਬੋਰਡ ਸਨੂਕਰ ਚੈਪ ਸਟਿਕ ਸਟੈਕਰ ਪਾਕਟ ਕੋਨਫੀਡੈਂਸ ਕੁਛ ਲੋਕਾਂ ਨੂੰ ਨਹੀਂ ਹੁੰਦਾ ਜ਼ਿੰਦਗੀ ਚ ਲੋ ਕੋਨਫੀਡੈਂਸ ਹਾਈ ਕੋਨਫੀਡੈਂਸ ਓਵਰ ਕੋਨਫੀਡੈਂਸ ਮੈਨੂੰ ਤੇ ਐਂਡ ਆਫ ਕੋਨਫੀਡੈਂਸ ਲੋ ਤੋਂ ਵੀ ਥੱਲੇ ਮਸਲਨ ਬਹੁਤ ਸਾਰੇ ਲੋਕਾਂ ਨੂੰ ਇਸ ਕੋਨਫੀਡੈਂਸ ਦੀ ਵਜ੍ਹਾ ਤੋਂ ਹਜ਼ਾਰਾਂ ਲੱਖਾਂ ਲੜਕੀਆਂ ਲੜਕੇ ਔਰਤਾਂ ਮਰਦ ਜਿਹੜੇ ਨਾ ਸਾਰੀ ਜ਼ਿੰਦਗੀ ਮਤਲਬ ਕਿ ਕੁਛ ਕਰ ਨਹੀਂ ਪਾਉਂਦੇ ਵਿਚਾਰੇ ਅੱਗੇ ਨਹੀਂ ਵੱਧ ਸਕਦੇ ਅੱਗੇ ਮੈਂ ਕਹਿੰਦਾ ਖਲੋਤਾ ਨਹੀਂ ਜਾਂਦਾ ਉਹਨਾਂ ਕੋਲ ਲੋ ਕੋਨਫੀਡੈਂਸ ਹੈ ਜਿੱਦਾਂ ਕੱਲ੍ਹ ਸ਼ੋਅ 'ਚ ਮੈਂ ਦੱਸਿਆ ਨਾ ਇੱਕ ਮੈਨੂੰ ਇੱਕ ਕਮੈਂਟ ਆਇਆ ਉਹਨੇ ਕਿ ਜਾਨੀ ਭਾਈ ਮੈਨੂੰ ਆਹ ਚੈਨਲ ਬਣਾਉਣ ਦਾ ਸ਼ੌਕ ਸੀ ਲੇਕਿਨ ਨਾ ਮੈਂ ਕਿੰਨੇ ਮਹੀਨਿਆਂ ਤੋਂ ਸਾਲਾਂ ਤੋਂ ਨਾ ਮੈਂ ਕਹਿੰਦਾ ਸੀ ਹਾਂ ਮੈਂ ਕਿੱਦਾਂ ਬੋਲੂੰਗਾ ਮੈਂ ਕੀ ਕਰੂੰਗਾ ਮੈਂ ਕੈਮਰੇ ਅੱਗੇ ਕਿੱਦਾਂ ਆਊਂਗਾ ਮੈਂ ਇੱਦਾਂ ਕਰੂੰਗਾ ਲੇਕਿਨ ਤੁਸੀਂ ਇੱਕ ਸ਼ੋਅ 'ਚ ਦੱਸਿਆ ਕਿ ਇਸ ਤਰ੍ਹਾਂ ਚੈਨਲ ਬਣਾਓ ਅਤੇ ਕੁਛ ਨਾ ਵੇਖੋ ਜੀ ਵੋ ਤੋਂ ਮੈਂ ਬਣਾ ਲਿਆ ਅਤੇ ਮੇਰੇ ਉਹਦੇ ਸਬਸਕ੍ਰਾਈਬਰ ਉਹਨੇ ਮੈਨੂੰ ਲਿੰਕ ਵੀ ਭੇਜਿਆ ਅਤੇ ਸਬਸਕ੍ਰਾਈਬਰ ਵੀ ਬੜੇ ਅੱਛੇ ਸੀ ਸਾਰਾ ਕੁਝ ਸਹੀ ਹੋ ਗਿਆ ਅਤੇ ਨਾਜ਼ਰੀਨ ਜਿਹੜਾ ਕੋਨਫੀਡੈਂਸ ਆ ਨਾ ਇਹ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਸਤਾਦ ਜੀ ਮੇਰਾ ਇੱਕ ਦੌਰ ਸੀ ਜਦੋਂ ਮੈਨੂੰ ਐਨਜ਼ਾਇਟੀ ਦਾ ਪ੍ਰੋਬਲਮ ਸੀ ਨਾ ਅਤੇ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਐਨਜ਼ਾਇਟੀ ਹੈ ਹਾਲੇ ਥੋੜ੍ਹੀ ਥੋੜ੍ਹੀ ਉਦੋਂ ਮੈਂ ਗਾਣਾ ਗਾ ਰਿਹਾ ਇੱਥੇ ਗਾਣੇ ਗਾਈ ਦੇ ਨਾ ਉਦੋਂ ਕੀ ਹਿਸਾਬ ਸੀ ਕਿ ਦਾਨਿਸ਼ ਸਾਹਿਬ ਮੈਨੂੰ ਕੋਈ ਬੰਦਾ ਕਹਿੰਦਾ ਨਾ ਕਿ ਭਾਜੀ ਕੁਛ ਸੁਣਾਓ ਅਤੇ ਮੈਂ ਪਾਗਲ ਹੋ ਜਾ ਮੇਰੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸੀ ਮੈਂ ਬਾਂਦਰ ਹੋ ਜਾਂਦਾ ਸੀ ਬਿਲਕੁਲ ਮੈਨੂੰ ਸੁਰਾਂ ਦੀ ਨਹੀਂ ਸੀ ਸਮਝ ਲਾਉਂਦੀ ਮੈਨੂੰ ਇਹ ਨਹੀਂ ਸਮਝਣਾ ਉਹਦੀ ਸ਼ਾਇਰੀ ਕੀ ਆ ਜਦੋਂ ਸਾਰਿਆਂ ਨੇ ਚੱਲ ਜਾਣਾ ਮੈਂ ਇਕੱਲੇ ਨੇ ਹੋਣਾ ਤਾਂ ਮੈਂ ਬਿਲਕੁਲ ਸਹੀ ਗਾਉਣਾ ਉਹਦੀ ਵਜ੍ਹਾ ਤੋਂ ਸੀ ਫਿਰ ਜਦੋਂ ਮੈਂ ਮੈਡੀਸਨ ਸ਼ੁਰੂ ਕੀਤੀ ਸਿਪਰਾਲੈਕਸ ਐਨਜ਼ਾਇਟੀ ਵਾਸਤੇ ਉਸਤਾਦ ਜੀ ਆ ਜਿੰਨੇ ਮੈਂ ਰੋਡ ਸ਼ੋਅ ਕੀਤੇ ਨੇ ਜਿੰਨੇ ਮੈਂ ਬਾਹਰ ਲੋਕਾਂ ਨਾਲ ਜਿਹੜਾ ਲੋਕ ਕਹਿੰਦੇ ਯਾਰ ਜੇ ਸੁਪਰ ਹਿੱਟ ਦੇ ਹਾਂ ਇਹ ਸਾਰੀ ਅੱਲਾ ਨੇ ਜਿਹੜੀ ਕਰਨਵਾਜ਼ੀ ਕੀਤੀ ਨਾ ਉਸ ਤੋਂ ਪਹਿਲੇ ਅੱਲਾ ਨੇ ਮੇਰੀ ਉਹ ਬਿਮਾਰੀ ਦੂਰ ਕੀਤੀ ਜਿਹੜਾ ਅੱਲਾ ਨੇ ਕਿਹਾ ਪਹਿਲੇ ਇਹ ਠੀਕ ਕਰ ਮੈਨੂੰ ਪਤਾ ਹੀ ਨਹੀਂ ਸੀ ਫਿਰ ਉਹ ਇੱਕ 5-6 ਮਹੀਨੇ ਦਾ ਪੀਰੀਅਡ ਐਸਾ ਆਇਆ ਉਹਦੇ 'ਚ ਮੈਨੂੰ ਪਤਾ ਲੱਗਾ ਪੈਨਿਕ ਅਟੈਕ ਸੀ ਇਹ ਉਹ ਸਾਰਾ ਕੁਛ ਫਿਰ ਜਦੋਂ ਮੈਂ ਠੀਕ ਹੋਇਆ ਤਾਂ ਫਿਰ ਮੈਂ ਮੇਰੇ ਕੋਲ ਇਹ ਮੈਂ ਕੰਮ ਸ਼ੁਰੂ ਕੀਤਾ ਨਹੀਂ ਤਾਂ ਉਸਤਾਦ ਜੀ ਮੈਂ ਤਾਂ 4 ਬੰਦਿਆਂ 'ਚ ਜਾ ਕੇ ਮੈਂ ਇੰਜਨ ਮੇਰੇ ਹੱਥ ਕੰਬਦੇ ਸੀ ਮੈਂ ਇੰਜਨ ਹੱਥ ਕਰਦਾ ਮੇਰੇ ਹੱਥ ਕੰਬਦੇ ਸੀ ਕੋਨਫੀਡੈਂਸ ਨਹੀਂ ਰਿਹਾ ਹੁਣ 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 ਅੱਲਾ ਦਾ ਸ਼ੁਕਰ ਆ ਹਾਂ ਤੇ ਉਹ ਮੈਂ ਇਸ ਤੋਂ ਦੱਸ ਰਿਹਾ ਕਿ ਯਾਰ ਮੈਂ ਸੋਚ ਰਿਹਾ ਸਾਂ ਕਿ ਸਾਡੇ ਇੰਨੇ ਹਜ਼ਾਰਾਂ ਲੱਖਾਂ ਲੋਕ ਵੇਖਣ ਵਾਲੇ ਨੇ ਬੱਚੇ ਵੇਖਣ ਵਾਲੇ ਨੇ ਜਿਹੜੇ ਪੜ੍ਹਦੇ ਨੇ ਉਸਤਾਦ ਜੀ ਕੋਨਫੀਡੈਂਸ ਲੂਜ਼ ਨਹੀਂ ਕਰਨਾ ਕੋਨਫੀਡੈਂਸ ਕਿਹਦਾ ਕਿਹਨੂੰ ਕਹਿੰਦੇ ਨੇ ਕੋਨਫੀਡੈਂਸ ਕਹਿੰਦੇ ਨੇ ਇਤਮਾਦ ਨੂੰ ਨਹੀਂ ਹਿੰਮਤ ਨੂੰ ਖੁਦ ਇਤਮਾਦੀ ਨੂੰ ਕੋਨਫੀਡੈਂਸ ਕਹਿੰਦੇ ਨੇ ਲੋ ਕੋਨਫੀਡੈਂਸ ਕਹਿੰਦੇ ਨੇ ਇੱਕ ਅਜੀਬ ਜਿਹੇ ਡਰ ਨੂੰ ਇਹ ਮੇਰੇ ਕੋਲ ਨਹੀਂ ਹੋਣਾ ਮੈਂ ਆ ਨਾ ਹੋਇਆ ਤੇ ਯੇ ਵੋ ਨਹੀਂ ਨਹੀਂ ਮੈਂ ਨਹੀਂ ਕਰਨਾ ਹੱਥ ਪੈਰ ਨੇ ਤਰੇਲੀਆਂ ਯੇ ਵੋ ਹੈ ਨਾ ਘਬਰਾਏ ਘਬਰਾਏ
ਤੇ ਇਹਦਾ ਜਿਹੜਾ ਬੈਸਟ ਹੱਲ ਹੈ ਨਾ, ਬੈਸਟ ਹੱਲ ਇਹ ਹੈ ਸਿਰਫ ਇੱਥੋਂ ਤੁਸੀਂ ਫਿਰਕੀ ਮਾੜੀ ਜਿਹੀ ਘੁਮਾਉਣੀ, ਬਸ ਕੁਛ ਨਹੀਂ ਹੋਣਾ। ਜਿੱਦਾਂ ਲੋਕ ਅਕਸਰ ਕਹਿੰਦੇ ਨਾ, ਜਿੱਦਾਂ ਤੈਨੂੰ ਕੋਈ ਪਰੇਸ਼ਾਨੀ ਆ, ਉਹਦਾ ਹੱਲ ਵੀ ਨਹੀਂ ਤੇਰੇ ਕੋਲ ਹੈਗਾ ਅਤੇ ਤੂੰ ਪਰੇਸ਼ਾਨ ਆ, ਅਤੇ ਤੈਨੂੰ ਮੈਂ ਜਿੰਨਾ ਮਰਜ਼ੀ ਕਹੀ ਜਾਵਾਂ, ਯਾਰ ਫਰੀਦ ਮੇਰੀ ਗੱਲ ਸੁਣ ਬਈ, ਤੂੰ ਆ ਪਰੇਸ਼ਾਨ ਫਿਰ ਰਿਹਾ ਅਤੇ ਤੇਰਾ ਮਸਲੇ ਦਾ ਹੱਲ ਹੋ ਰਿਹਾ, ਤੂੰ ਕਹਿਣਾ ਨਹੀਂ, ਅਤੇ ਮੈਂ ਕਹਿਣਾ ਜੇ ਤੂੰ ਪਰੇਸ਼ਾਨੀ ਖਤਮ ਕਰਕੇ ਫਿਰੀ ਜਾਵੇ ਤਾਂ ਫਿਰ ਵੀ ਹੱਲ ਕੋਈ ਨਹੀਂ, ਅਤੇ ਤੂੰ ਪਰੇਸ਼ਾਨ ਕੋ ਫਿਰ ਰਿਹਾ ਫਿਰ ਤੂੰ ਖੁਸ਼ ਹੋ ਕੇ ਫਿਰ, ਲੇਕਿਨ ਕਿਉਂਕਿ ਤੇਰੇ ਅੰਦਰ ਹੁੰਦਾ ਸਿਲਸਿਲਾ ਅਤੇ ਤੂੰ ਉਹਨੂੰ ਇਗਨੋਰ ਨਹੀਂ ਕਰ ਸਕਦਾ, ਉਹ ਬੜੀ ਵੱਡੀ ਪਰੇਸ਼ਾਨੀ। ਲੇਕਿਨ ਅਗਰ ਤੂੰ ਕੋਸ਼ਿਸ਼ ਕਰੇ ਚੀਜ਼ ਨੂੰ ਹਜ਼ਮ ਕਰ ਲਵੇਂ ਜਿਹੜੀ ਮੈਂ ਕਹੀ ਆ ਕਿ ਭਾਈ ਜੀ ਆ ਦੇਖੋ ਨਾ ਤੁਸੀਂ ਤੁਹਾਨੂੰ ਕੋਈ ਇੱਕ ਜਗ੍ਹਾ 'ਤੇ ਲੱਖ ਰੁਪਇਆ ਚਾਹੀਦਾ, ਤੇਰੇ ਕੋਲ ਹੈ ਨਹੀਂ, ਤੇਰੇ ਕੋਈ ਸੋਰਸ ਵੀ ਹੈ ਨਹੀਂ, ਤੇਰੇ ਕੋਲ ਚੀਜ਼ ਵੀ ਕੋਈ ਨਹੀਂ ਵੇਚਣ ਵਾਲੀ, ਤੂੰ ਨਹੀਂ ਦੇ ਸਕਦਾ ਜਾਂ ਨਹੀਂ ਲਾ ਸਕਦਾ, ਤੂੰ ਫਰੀ ਜਾ ਰਿਹਾ ਟੈਨਸ਼ਨ 'ਚ, ਅਤੇ ਮੈਂ ਤੈਨੂੰ ਕਹਿੰਦਾ ਯਾਰ ਤੂੰ ਅਗਰ ਤੂੰ ਟੈਨਸ਼ਨ 'ਚ ਨਾ ਹੋਵੇਂ, ਤੂੰ ਇਹ ਭੁਲਾ ਕੇ ਖੁਸ਼ ਹੋ ਕੇ ਫਿਰੇ ਅਤੇ ਲੱਖ ਤਾਂ ਫਿਰ ਵੀ ਨਹੀਂ ਹੋਣਾ, ਠੀਕ ਹੈ, ਲੇਕਿਨ ਉਹ ਤੇਰੇ ਕੋਲੋਂ ਹੋਣਾ ਨਹੀਂ ਕਿਉਂਕਿ ਉਸ ਕੰਡੀਸ਼ਨ 'ਚ ਨਾ ਇਗਨੋਰ ਨਹੀਂ ਕੀਤਾ ਜਾਂਦਾ, ਉਹ ਸਾਜੀ ਕੋਸ਼ਿਸ਼ ਬੰਦਾ ਕਰੇ, ਉੱਥੇ ਆਪਣੇ ਆਪ ਨੂੰ ਬੰਦਾ ਥੋੜ੍ਹਾ ਝਾੜੇ, ਠੀਕ ਹੈ ਨਾ, ਫਿਰ ਇਹ ਲੋ ਅੱਛਾ ਇੱਕ ਓਵਰ ਕੋਨਫੀਡੈਂਸ ਹੁੰਦਾ, ਇੱਕ ਤਾਂ ਕੋਨਫੀਡੈਂਸ ਹੁੰਦਾ ਨਾ, ਇੱਕ ਓਵਰ ਹੀ ਕੋਨਫੀਡੈਂਸ ਹੁੰਦਾ, ਇੱਕ ਐਕਸਟਰਾ ਓਵਰ ਕੋਨਫੀਡੈਂਸ ਹੁੰਦਾ, ਦੇਖ ਯਾਨੀ ਕਿ ਕੱਖ ਵੀ ਨਹੀਂ ਤੇ ਆਹ ਐਵੇਂ ਨਹੀਂ, ਤੁਹਾਨੂੰ ਕੋਨਫੀਡੈਂਸ ਕਹਿੰਦਾ ਵਾ ਇਹ ਗੱਲਾਂ, ਮੈਨੂੰ ਇੱਕ ਗੱਲ ਚੇਤ ਆ ਗਈ, ਹਾਂਜੀ ਹਲੋ ਓਵਰ ਯਕੀਨ ਕਰੋ, ਨਹੀਂ ਨਹੀਂ ਪਤਾ ਕੀ ਗੱਲ, ਮੈਂ ਨਾ ਹਨੇਰੇ ਤੋਂ ਬੜਾ ਡਰਦਾ ਸੀਗਾ, ਹੈ ਅੰਧੇਰੇ ਤੋਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀਗਾ, ਕਿ ਮੈਂ ਅਕਸਰ ਉਸਤਾਦ ਜੀ ਨੂੰ ਪਤਾ ਕਿ ਮੈਂ ਲਾਈਟ ਜਲਾ ਕੇ ਸੁਣਨਾ, ਮੇਰਾ ਨਾ ਉਸਤਾਦ ਜੀ ਇੱਕ ਦੋਸਤ ਲਾਈਟ ਜਲਾ ਕੇ ਸੁਣਦਾ, ਵਾਰਦਾਤ ਹਨੇਰੇ 'ਚ ਹੀ ਕਰਦਾ ਚੋਰੀ ਚੋਰੀ, ਨਹੀਂ ਨਹੀਂ ਮੈਂ ਨਸੀਬ ਜਲਾ ਕੇ ਸੁਣਨਾ, ਹਵਾਈ ਚੀਜ਼ਾਂ ਜੇ ਵੋ ਸੇਬ ਜ਼ਿਆਦਾ ਜਗ੍ਹਾ ਤੋਂ ਮੈਂ ਬਹੁਤ ਡਰਦਾ ਹਾਂ, ਸਾਰੀ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਅਣਗਿਣਤ ਨੇ ਮੇਰੇ ਕਮਰੇ 'ਚ, ਕਬੜੀ ਜਰੂਰ ਉੱਡੇ ਜੀ, ਇੱਥੋਂ ਅਸੀਂ ਉੱਠਦੇ ਕੈਮਰੇ 'ਚ, ਆ ਕੈਮਰਾ ਇੱਥੋਂ ਅਸੀਂ ਲਾਉਂਦੇ ਹਾਂ, ਮੈਂ ਤੇਰੀ ਬਾਹ ਫੜਦਾ ਵਾ, ਖੁਦਾ ਦੀ ਕਸਮ ਤੈਨੂੰ ਆਪਣੇ ਕਮਰੇ 'ਚ ਜਾ ਕੇ ਨਾ ਬਾਹਰ ਚੀਜ਼ਾਂ ਵਾਵਾ ਬਾਹਰ ਨਹੀਂ ਸੋਚੂ, ਨਹੀਂ ਨੂੰ ਫੜ ਚੱਲੀ, ਅੱਲਾ ਫਰੀਦ ਅੱਲਾ ਪਾਕ ਦੀ ਕਸਮ ਸਾਜ, ਓਏ ਚਾਰ ਤੋਂ ਪੰਜ ਚੀਜ਼ਾਂ ਨੇ ਬਾਹਰ ਲਈਆਂ ਨੇ ਉੱਥੇ ਮੈਨੂੰ ਉਸਤਾਦ ਜੀ ਯਾਰ ਉਹ ਭੁੱਲ ਗਿਆ ਕੁਰਾਨ ਦੀ ਕਿਸਮ ਮੈਨੂੰ ਜੋ ਭੁੱਲ ਗਿਆ ਮੈਨੂੰ ਮੇਰੇ ਬੱਚਿਆਂ ਦੀ ਕਿਸਮ ਲੱਗੇ, ਮੈਨੂੰ ਜੋ ਭੁੱਲ ਗਿਆ ਤੁਸੀਂ ਕਿੱਦਾਂ ਦੀ ਗੱਲ, ਸੋਚੀ ਉਹ ਵੀ ਲੱਗਦੇ
खुदा दी कसम जैन मनवा के मजाक भी नहीं किसी ने करी महल्ले मुंडिया ने सिर्फ 500 रुपए की की औकात 500 रुपए शर्त ला ली कि वह सर्दखाने मुर्दा खाना नहीं जरा उत्थे कहिंदे जी वह फलाने लाश नू बॉडी नू हाथ ला के आना तू उत्थे उन्होंने मुंडा सवाता उस्ताद जी अपना लम्मे पाता कहिंदा सी सामने खलोते हैं तू हाथ ला के आना वो बॉडी नू 500 रुपए शर्त लगी यार फरीद उन्हें जाके वह बॉडी नू हाथ लाया तो हाथ बढ़ लिया उदो ही उत्थे ही डैथ हो गई है यार 500 रुपए की शर्त मैनू तुसी ताडा नहीं समझ लग रही किधर तक किधर तुसी क्यों किन्ना पुठा करा बस छड़ दियो मैनू यकीन आ गया तुसी शो करो गाना सुनाओ कोई उस्ताद नहीं गाना नहीं छड़ दियो चीजां मैनू तो हैरानगी हुंदी है उस्ताद जी कि जे इह इदां बंदा मतलब डरन लग पवे ते फिर ते कुछ नहीं ओ यार इह दिमाग इहदा खराब है एवें एडी केड़ी मतलब इहनू कहिंदे ओवर ओवर रिएक्ट एक्शन की कहिंदे ओवर कॉन्फिडेंस दिमाग खराब एडी वड्डी मैं तुहानू कसम खा के कहणने आ कि मैं कसम शो तो हट के करणने आ मैं उत्थे देख भी है ना फिर काम कर काम जावा लै तेरा दिमाग खराब इत्थे मंगा लो उस्ताद जी चुप कर के नहीं नहीं मंगाउणा की है अल्लाह माफी दे विच केड़ी हाका हक सच्चा जिवे तू तेरी तू हकीकत आ परफ्यूम भी लाया उत्थों उन्हां ने छेती आ जाणा यार एक मिनट मेरी गल सुनो तुसी अपने महल्ले च गली च लंघदे कदी जिंदगी च बाहर दी चीज ना तुहाडे वास्ते नहीं पिया अल्लाह तबारक व तआला मन्नो नहीं जे तू हां वेख फैसला किसे ने गलत नहीं कीता ते फिर डरदा कतो भरावा यार मैं बतावा इत्थे मैं तैनू कहना खुदा दी कसम है मेरे कमरे च है रे बाहर दी चीज मैं तैनू कहन नेया तुसी ना गल करो ओए साज की करदे हुंदे हो तुसी ई कड़ी एड्डी फैसला साहब एड्डी को गल आ हकीकत आ जिदा असी आ इदा ही बाहर दी चीजां उहनां दा वजूद आ हां जी करो मैं दस रहा यार एदे विच कोई चेदा नहीं साजी एक मिनट तेनू की कहना उन्हें एक मिनट ठहर जो मेरी गल सुन पता की अंदर तेनू की कहना अच्छा मैं बुला लेना नाल साजी मेरी गल तो सुन हेलो यार कोई गल है यार उस्ताद जी कोई गल यार बात कर यार
ਅੱਛਾ ਨਾ ਆਦਰ ਬਰੀਦ ਯਾਰ ਬਰੀਦ ਜੀ ਜੀ ਲਾ ਕੇ ਬੜੀ ਤੂੰ ਇਹਨੂੰ ਤੂੰ ਵੀ ਯੂਜ਼ ਕਰ ਸਕਦਾ ਸਪੀਕਰ ਦੀ ਬਾਹਰ ਹੋ ਗਈ ਤੋੜ मजाक ही नहीं डर लगता किसी भी चीज भन दी होंगी डब्बा नहीं तोड़ना चाहिए बाहर दीजा तो तेन डर लगता जी चीजा ने मेहरबानी यार ਇੰਨਾ ਮੋਟਾ ਹੋ ਕੇ ਵੀ ਡਰਦਾ ਤੂੰ ਚਲੋ ਭਾਈ ਕੀ ਨਹੀਂ ਕਰ ਲੋ ਜੁਨ ਮੈਂ ਦੱਸ ਰਿਹਾ ਨਹੀਂ ਗੱਲ ਫੈਸਲ ਤਾਂ ਮੈਂ ਤਾਂ ਦੱਸਾਂ ਉਸਤਾ ਜੀ ਨਹੀਂ ਮੈਨੂੰ ਨਹੀਂ ਦੱਸਣਾ ਪਰ ਗੱਲ ਆਖਰੀ ਸੁਣ ਤੁਸੀਂ ਨਹੀਂ ਦੱਸਣਾ ਕੁਝ ਸੁਣਦਾ ਹੁਣ ਮੈਂ ਦੱਸਾਂਗਾ ਤੇ ਤੂੰ ਰਿਲੈਕਸ ਹੋਣਾ ਸਹੀ ਗੱਲ ਭਾਈ ਜਾਨ ਬਾਹਰ ਦੀਆਂ ਚੀਜ਼ਾਂ ਕਹਿੰਦੇ ਨੇ ਭਾਈ ਜੀ ਮੈਂ ਤੁਹਾਨੂੰ ਕਿਹਾ ਨਾ ਡਿਸਕਸ ਕਰੋ ਤੁਸੀਂ ਕੁਝ ਹੋਰ ਕਰ ਲਓ ਤੁਸੀਂ ਰਫੀ ਸਾਹਿਬ ਦਾ ਗਾਣਾ ਸੁਣਾ ਦਿਓ ਕੁਝ ਹੋਰ ਸੁਣਾ ਦਿਓ ਤੁਸੀਂ ਨਾ ਤੁਸੀਂ ਡਿਸਕਸ ਕਰੋ ਹੀ ਨਾ ਵਾਲੀ ਸੁਣ ਲਓ ਤੁਹਾਡਾ ਫਾਇਦਾ ਹੋ अल्लाह माफी अपने मरे प्यो की कसम खा के आ सेट ते भी बाहर दी चीज हैगी उस्ताद जी फिर पूरी सुन ला हुण तू बाहर दी चीजां को कट ते अंदर दे को बहुत ही खा लेनी तू ਸੈੱਟ ਤੇ ਜਿਹੜੀ ਬਾਹਰ ਦੀ ਚੀਜ਼ ਆ ਉਹ ਆ ਵੀ ਬਾਹਰ ਦੀ ਚੀਜ਼ ਆ ਇਹ ਵੀ ਬਾਹਰ ਦੀ ਚੀਜ਼ ਆ ਸੈੱਟ ਤੇ ਇਹ ਬਾਹਰ ਦੀ ਚੀਜ਼ ਆ ਅੰਦਰ ਮੇਰੇ ਕਮਰੇ ਜਿਹੜਾ ਕੀਬੋਰਡ ਪਿਆ ਰੋਲ ਲੈਣ ਦਾ ਉਹ ਵੀ ਬਾਹਰ ਹੋਇਆ ਉਹ ਬਾਹਰ ਦੀ ਚੀਜ਼ ਆ ਜਿਹੜੇ ਮੇਰੇ ਪਰਫਿਊਮ ਪਏ ਤਿੰਨ ਚਾਰ ਉਹ ਵੀ ਬਾਹਰ ਦੀਆਂ ਚੀਜ਼ਾਂ ਨੇ ਮੈਂ ਖੁਦਾ ਦੀ ਕਸਮ ਇਹ ਕਿਹਾ ਕਿ ਮੇਰੇ ਕੋਲ ਬਾਹਰ ਦੀਆਂ ਚੀਜ਼ਾਂ ਪਈਆਂ ਨੇ चीज पई होवे जिहड़ी तैनूं सनी भाई ने बाहरों भेजी होवे तू मरना मेरे तो चलो यार एक गल अच्छी हो गई एक गल बहुत अच्छी मेरे हो गई
ਉਹ ਜਿਹੜਾ ਹਰ ਰੋਜ਼ ਮੇਰਾ ਸਾਬਣ ਤੇ ਸ਼ੈਂਪੂ ਘੜਦਾ ਸੀ ਉਹ ਭੱਜ ਗਿਆ ਅੰਦਰ ਨਹੀਂ ਜਾਏਗਾ ਰੋਜ਼ ਪਰਫਿਊਮ ਲਾ ਕੇ ਆ ਗਿਆ ਸਾਬਣ ਲਾ ਗਿਆ ਫੈਸਲ ਸਾਹਿਬ ਜਿਹੜਾ ਮੇਰਾ ਵਾਸ਼ਰੂਮ ਹੈ ਉਹਦੇ ਬਾਹਰ ਅੱਠ ਨੌ ਬਾਹਰ ਦੀਆਂ ਚੀਜ਼ਾਂ ਅੰਦਰ ਵੀ ਆਏਗਾ ਮੇਰਾ ਸੇਵ ਤੁਹਾਡਾ ਇਤੋਂ ਬਾਅਦ ਮੇਰੇ ਲਈ ਸਾਹ ਜੀ ਮੇਰਾ ਮੈਂ ਬਾਬਾ ਬਣਨਾ ਚਾਹੁੰਦਾ ਮੈਨੂੰ ਇੱਕ ਦੀ ਬਾਹਰ ਦੀ ਚੀਜ਼ ਦੇ ਦੇ ਭਾਜੀ ਨੇ ਬਾਹਰ ਦੀ ਆ ਕੈਮਰੇ ਲੱਗੇ ਬਾਹਰ ਦੀਆਂ ਚੀਜ਼ਾਂ ਮੈਂ ਗੱਲ ਬਾਹਰ ਦੀਆਂ ਚੀਜ਼ਾਂ ਦੀ ਆਪਣੇ ਕੀਬੋਰਡ ਜਿਹੜਾ ਬਾਹਰੋਂ ਚੀਜ਼ਾਂ ਆਈਆਂ ਮੇਰੇ ਪਰਫਿਊਮ ਪਏ ਨੇ ਉਹ ਉਹ ਜਿਹੜਾ ਵਜਾਉਣ ਵਾਲਾ ਕੋਡੀਅਮ ਪਿਆ ਫਿਰ ਮੈਂ ਇਹਨਾਂ ਦੀ ਗੱਲ ਕੀਤੀ ਸੀ ਲੇਕਿਨ ਅੱਧਾ ਕਿ ਮੈਂ ਵੀ ਦੂਜੀਆਂ ਸਮਝਣ ਲੱਗ ਪਿਆ ਸੁਣਾਓ ਉਸਤਾਦ ਜੀ ਮੇਰੇ ਨਾਲ ਨਾ ਇੱਕ ਦੋ ਵਕੂਏ ਇਸ ਤਰ੍ਹਾਂ ਦੇ ਮੈਨੂੰ ਨਹੀਂ ਭੁੱਲਦਾ ਠੀਕ ਹੈ ਉਸਤਾਦ ਜੀ ਮੈਂ ਸ਼ਹਿਰ ਬੈਠਾ ਮੈਂ ਉੱਥੋਂ ਗੱਡੀ ਚਲਾਈ ਹੈ ਮੋਟਰ ਬਾਈਕ 'ਤੇ ਬੈਠਾ ਵਾਂ ਇੱਕ ਬਜ਼ੁਰਗ ਨੇ ਹੱਥ ਦਿੱਤਾ ਮੈਨੂੰ ਉਹ ਮੇਰੇ ਪਿੱਛੇ ਯਾਨੀ ਕਿ ਲਿਫਟ ਲੈ ਕੇ ਬੈਠ ਗਿਆ ਅਤੇ ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਸਟੇਡੀਅਮ ਚੌਂਕ ਜਾਣਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਜ਼ੁਰਗੋ ਮੈਂ ਇੱਧਰ ਨੂੰ ਮੁੜਨਾ ਕਹਿੰਦਾ ਤੂੰ ਮੈਨੂੰ ਸਟੇਡੀਅਮ ਚੌਂਕ 'ਚ ਲਾਹ ਕੇ ਆਏਗਾ ਮੈਂ ਕਿਹਾ ਬਜ਼ੁਰਗੋ ਮੈਂ ਇੱਧਰ ਤਰ੍ਹਾਂ ਮੈਨੂੰ ਜਲਦੀ ਹੈ ਮੈਂ ਉੱਧਰ ਜਾਣਾ ਕਹਿੰਦਾ ਤੈਨੂੰ ਮੈਂ ਕਹਿਣ ਡਿਆ ਤੂੰ ਲਾਹ ਕੇ ਆਏਗਾ ਮੈਂ ਉਹਨੂੰ ਕਿਹਾ ਕਿ ਤੁਸੀਂ ਪੈਸੇ ਲੈ ਲਓ ਮੇਰੇ ਕੋਲੋਂ ਰਿਕਸ਼ੇ ਦਾ ਕਿਰਾਇਆ ਲੈ ਲਓ ਅਤੇ ਤੁਸੀਂ ਰਿਕਸ਼ੇ 'ਤੇ ਚਲੇ ਜਾਓ ਕਹਿੰਦਾ ਅਸੀਂ ਤੇਰੇ ਕਿਰਾਏ 'ਤੇ ਭੁੱਖੇ ਹਾਂ ਹੈਂ ਮੈਂ ਕਿਹਾ ਅੱਛਾ ਜੀ ਚਲੋ ਜੀ ਮੈਂ ਤੁਹਾਨੂੰ ਸਟੇਡੀਅਮ ਚੌਂਕ 'ਚ ਲਾਹ ਕੇ ਆਉਂਦਾ ਵਾਂ ਅਤੇ ਉਸਤਾਦ ਜੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਕਿਹਾ ਸਟੇਡੀਅਮ ਚੌਂਕ ਕਿਹੜੀ ਜਗ੍ਹਾ 'ਤੇ ਜਾਣਾ ਤੁਸੀਂ ਕਿਹੜੀ ਜਗ੍ਹਾ 'ਤੇ ਜਾਣਾ ਅਤੇ ਮੈਂ ਵੇਖਿਆ ਪਿੱਛੇ ਕੋਈ ਨਹੀਂ ਗਿਆ ਅੱਲਾ ਦੀ ਕਿਸਮ ਖਿਆਲ ਹੋ ਗਿਆ ਫਿਰ ਉਸ ਤੋਂ ਬਾਅਦ ਇੱਕ ਜਿਹੜਾ ਮੇਰਾ ਕੂਆ ਹੋਇਆ ਇੱਦਾਂ ਹੋ ਸਕਦਾ ਫਰੀ ਕਸਮ ਉਹ ਕਿਤੇ ਇੱਧਰ ਉੱਧਰ ਹੋ ਗਿਆ ਵਾ ਉਹ ਕਿਤੇ ਜੰਪ ਤੇ ਇਹਨੇ ਆਰਾਮ ਨਾਲ ਕੀਤੀ ਪਰਾ 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 ਓ ਯਾਰ ਫਰੀਦ ਨਾ ਕਰ ਯਾਰ ਕੌਣ ਸਾਡੇ ਮੁਹੱਲੇ ਨਾ ਇੱਕ ਸ਼ਾਦੀ ਸੀਗੀ ਫਰੀਦ ਤੇ ਉਹ ਅੰਮੀ ਅੱਬੂ ਨਾ ਉਹਨਾਂ ਦੇ ਉਹ ਜਿਸ ਲੜਕੀ ਦੀ ਸ਼ਾਦੀ ਸੀ ਉਹਦੇ ਅੰਮੀ ਅੱਬੂ ਸਾਡੇ ਘਰ ਆਏ ਨੇ ਅੱਲਾ ਜਨਤਾ ਹੀ ਘਰ ਦੇ ਮੇਰੇ ਅੱਬੂ ਉਦੋਂ ਜ਼ਿੰਦਾ ਸਨ ਤੇ ਉਹ ਨਾ ਫਰੀਦ ਉਹ ਕਹਿੰਦੇ ਭਾਈ ਰਾਮ ਸਾਡੇ ਕੋਲ ਨਾ ਰੋਟੀ ਦਾ ਅਰੇਂਜ ਨਹੀਂ ਹੋਇਆ ਅਤੇ ਜਿਸ ਤਰ੍ਹਾਂ ਰਾਮੇ ਭਾਈ ਕਰਨਾ ਦੱਸੋ ਮੇਰੇ ਅੱਬੂ ਨੇ ਖੁਦਾ ਦੀ ਕਿਸਮ ਮੇਰੀ ਸਿਸਟਰ ਦਾ ਸਮਾਨ ਸੀਗਾ ਬਰਤਨ ਸੀ ਰਜ਼ਾਈਆਂ ਬਿਸਤਰੇ ਉਹ ਸਾਰੇ ਦੇ ਦਿੱਤੇ ਅੱਬੂ ਕਹਿੰਦੇ ਅਸੀਂ ਹੋਰ ਬਣਾ ਲਵਾਂਗੇ ਠੀਕ ਹੈ ਉਹ ਕਹਿੰਦੇ ਭਾਅ ਜੀ ਰੋਟੀ ਦਾ ਵੀ ਅਰੇਂਜ ਕਿਤੇ ਹੋ ਜਾਣਾ ਅੱਬੂ ਕਹਿੰਦੇ ਯਾਰ ਮੈਂ ਵੀ ਕੋਸ਼ਿਸ਼ ਕਰਦਾ ਤੁਸੀਂ ਵੀ ਕਰੋ ਕੋਸ਼ਿਸ਼ ਉਸਤਾਦ ਜੀ ਸਵੇਰ ਦਾ ਟਾਈਮ ਮੈਂ ਨੈੱਟ ਕਰਨ ਜਾ ਰਿਹਾ ਵਾਂ ਅੱਲਾ ਦੀ ਕਿਸਮ ਸਾਈਕਲ 'ਤੇ ਇੱਕ ਬੰਦਾ ਆਇਆ ਸਾਈਕਲ 'ਤੇ ਫਰੀਦ ਸਾਹਿਬ ਸਾਈਕਲ 'ਤੇ ਇੱਕ ਬੰਦਾ ਆਇਆ ਮੈਨੂੰ ਕਹਿੰਦਾ ਉਰੇ ਆ ਬੇਟਾ ਮੈਂ ਕਿਹਾ ਹਾਂਜੀ ਕਹਿੰਦਾ ਜੀ ਉਹ ਚਾਚਾ ਜੀ ਦਾ ਘਰ ਕਿੱਥੇ ਵੇ ਉਹਨਾਂ ਨੇ ਉਹਦਾ ਨਾਮ ਲਿਆ ਮੈਂ ਕਿਹਾ ਜੀ ਉਹ ਘਰ ਹੈ ਕਹਿੰਦਾ ਪੁੱਤਰ ਬੁਲਾ ਲਿਆ ਜ਼ਰਾ ਮੈਂ ਭਾਈ ਦਰਵਾਜ਼ਾ ਖੜਕਾਇਆ ਮੈਂ ਬੁਲਾਇਆ ਉਹਨੂੰ ਉਹ ਬਾਹਰ ਆਇਆ ਹਾਂਜੀ ਮੈਂ ਕਿਹਾ ਬਜ਼ੁਰਗ ਮਿਲਣ ਆਇਆ ਤੁਹਾਨੂੰ ਕਹਿੰਦਾ ਜੀ ਉਹ ਤੁਹਾਡੀ ਬੇਟੀ ਦੀ ਸ਼ਾਦੀ ਹੈ ਨਾ ਆਹ ਲੈ ਲਓ ਤੁਹਾਡੇ ਕੋਲ ਖਾਣੇ ਦੇ ਪੈਸੇ ਅੱਲਾ ਦੀ ਕਸਮ ਮੇਰੇ ਅੱਖੀ ਦੇ ਕੇ ਦਵਾ ਗਿਆ ਅਤੇ ਉਹ ਖਾਣੇ ਦੇ ਪੈਸੇ ਪੜ ਕੇ ਬੜੀ ਉਹਦੇ 'ਚ ਨਾ ਖੁਸ਼ੀ ਇੰਜ ਦੀ ਫਰੀਦ ਕਿ ਮੈਂ ਦੱਸ ਨਹੀਂ ਸਕਦਾ ਉਹ ਕਹਿੰਦਾ ਭਾਅ ਜੀ ਇੱਕ ਮਿੰਟ ਇੱਥੇ ਖਲੋਣਾ ਮੈਂ ਆਪਣੀ ਵਾਈਫ ਨੂੰ ਬੁਲਾ ਕੇ ਲਿਆ ਭਾ ਅੰਦਰ ਗਿਆ ਆਪਣੀ ਬੇਗਮ ਨੂੰ ਬੁਲਾਉਣ ਉਹ ਵਾਪਸ ਆਇਆ ਅਤੇ ਅਸੀਂ ਵੇਖਿਆ ਬਜ਼ੁਰਗ ਹੀ ਨਹੀਂ ਹੈ ਫਰੀਦ ਸਾਹਿਬ ਗੈਬ ਅਤੇ ਕੀ ਉਹ ਹੁਣ ਸੜਕ ਹੈ ਯਾਰ ਸਵੇਰ ਦਾ ਟਾਈਮ ਨਾ ਟ੍ਰੈਫਿਕ ਯਾਰ ਮੈਨੂੰ ਜਾਂਦਾ ਵੀ ਨਜ਼ਰ ਆਵੇ ਆਉਂਦਾ ਵੀ ਨਜ਼ਰ ਆਵੇ ਆਉਣਾ ਚਾਹੀਦਾ ਨਾ ਲੇਕਿਨ ਨਹੀਂ ਨਜ਼ਰ ਆਇਆ ਬਿਲਕੁਲ ਗਾਇਬ ਹੋਇਆ ਅਤੇ ਉਹ ਕਹਿੰਦਾ ਇਹਦੇ ਵਿੱਚ ਹੁਣ ਮੈਨੂੰ ਲੋਕ ਕਹਿੰਦੇ ਨੇ ਯਾਰ ਤੈਨੂੰ ਵਕੀਲ ਹੋਣਾ ਚਾਹੀਦਾ ਸੀ ਜੇ ਤੂੰ ਪੁਆਇੰਟ ਫੜਦਾ ਨਾ ਤੈਨੂੰ ਵਕੀਲ ਹੋਣਾ ਚਾਹੀਦਾ ਸੀ
ਉਹਨੇ ਜਿਹੜਾ ਇੱਕ ਬਲੈਂਡਰ ਆ ਬਹੁਤ ਵੱਡਾ ਹਾਂਜੀ ਕਿ ਜਦੋਂ ਉਹ ਬੰਦਾ ਉਹਨੇ ਕਿਹਾ ਮੈਂ ਆਪਣੀ ਵਾਈਫ ਨੂੰ ਬੁਲਾਉਣ ਚੱਲਾ ਉਹ ਆਪਣੀ ਵਾਈਫ ਨੂੰ ਬੁਲਾਉਣ ਗਿਆ ਪਿੱਛੇ ਇਹ ਤੇ ਉਹ ਖੜੇ ਸੀ ਦੋਵੇਂ ਹਾਂਜੀ ਠੀਕ ਹੈ ਜੀ ਕਹਿੰਦਾ ਜਦੋਂ ਆਇਆ ਤੇ ਅਸੀਂ ਦੇਖਿਆ ਤੇ ਉਹ ਹੈ ਨਹੀਂ ਹਾਂਜੀ ਤੇ ਤੂੰ ਕਿੱਥੇ ਸੀ ਤੂੰ ਵੀ ਨਾ ਉਹ ਯਾਰ ਕਿੰਨਾ ਗੱਲ ਮਹ ਲਗਾਉਣਾ ਨਹੀਂ ਨਹੀਂ ਉਹ ਜਦੋਂ ਗਿਆ ਵਾ ਹਾਂਜੀ ਤੂੰ ਆਖਰ ਉਹ ਸਾਈਕਲ ਤੇ ਜੋ ਆਇਆ ਪੰਗੜਾ ਦੁਗੜਾ ਸਾਈਕਲ ਤੋਂ ਮੂੰਹ ਚੋਰੀ ਕਰਕੇ ਅੰਜ ਖਲੋਤਾ ਸੀ ਵੀ ਨਾ ਨਾ ਚਵੇ ਜ਼ਾਹਰੀ ਗੱਲ ਆ ਤੁਸੀਂ ਤੇ ਕੋਲ ਹੀ ਖਲੋਤਾ ਹੋਏਗਾ ਕਿਦਾਂ ਗਾਇਬ ਹੋ ਗਿਆ ਉਹੀ ਤੇ ਮੈਂ ਪਰੇਸ਼ਾਨ ਆ ਕਿ ਉਹ ਕਿਹੜਾ 5-10 ਮਰਲੇ ਦਾ ਘਰ ਸੀਗਾ ਉਹਨੇ ਗੰਜ ਪਰਦੇ ਚੁੱਕੇ ਆਵਾਜ਼ ਮਾਰੀ ਓ ਯਾਰ ਉਹਨੂੰ ਛੱਡ ਜਦੋਂ ਗਿਆ ਤੂੰ ਤੂੰ ਉਹਦੇ ਤੋਂ ਮੈਂ ਤੁਹਾਨੂੰ ਕਹਿਣ ਰਿਹਾ ਬੰਦੇ ਨੂੰ ਪਤਾ ਲੱਗ ਸੀ ਉਹਦਾ ਮੇਰਾ ਧਿਆਨ ਭਾਈ ਖਲੀਫੇ ਦੀ ਖੁਸ਼ੀ ਵੇਖਣ ਰਿਹਾ ਸੀ ਮੈਂ ਭਾਜੀ ਇਹਨਾਂ ਦੋਨਾਂ ਗੱਲਾਂ 'ਚ ਡਰ ਵਾਲੀ ਤੇ ਗੱਲ ਹੀ ਕੋਈ ਨਹੀਂ ਅੱਛਾ ਇਹਦੇ 'ਚ ਕਿਹੜੀ ਐਸੀ ਗੱਲ ਆ ਅੱਛਾ ਜਿਹੜੀ ਡਰ ਵਾਲੀ ਗੱਲ ਹੈ ਨਾ ਉਸਤਾਦ ਜੀ ਉਹ ਮੈਂ ਤੁਹਾਨੂੰ ਵੇਅਰ ਹਾਊਸ ਦੀ ਸੁਣਾ ਰਿਹਾ ਸੀਗਾ ਉਹ ਜਿਹੜਾ ਵੇਅਰ ਹਾਊਸ ਨਹੀਂ ਸੀ ਫਰੀਦ ਆ ਜਿੱਥੇ ਤੋਂ ਵੇਅਰ ਗਿਆ ਸੀ ਨਹੀਂ ਉਸਤਾਦ ਜੀ ਉਹਨਾਂ ਨੇ ਹਨਾ ਮੈਨੂੰ ਉੱਥੋਂ ਮੈਨੂੰ ਫਰੀ ਸ਼ਾਮਾਂ ਵਜਣੀਆਂ ਹੈ ਸ਼ਾਮਾਂ ਵਜਣੀਆਂ ਡੇਲੀ ਟਮਾਟਰ ਵੱਟੇ ਵਜਣੇ ਉਹ ਫੱਟੀ ਵਜਣੀ ਯਾਰ ਪਾਣੀ ਦਾ ਅੱਧੀ ਰੋਟੀ ਦਾ ਤੂਤੂ ਬਣਿਆ ਵਿੱਚ ਦਾਲ ਉਹ ਵਜਣਾ ਅੱਛਾ ਉਹ ਨਾ ਮੈਂ ਉਹ ਵਸੀਮ ਭਾਈ ਦਾ ਵੇਅਰ ਹਾਊਸ ਸੀਗਾ ਤੇ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਇਹ ਮਸਲਾ ਕੀ ਹੈ ਭੈਣ ਸ਼ਬੀਰ ਵੀ ਉੱਥੇ ਸੀ ਮੈਂ ਇੱਕ ਦਿਨ ਵੇਖਿਆ ਭਾਈ ਸ਼ਬੀਰ ਹੈ ਨਾ ਉੱਥੋਂ ਨਸਿਆ ਇੱਧਰ ਘਰ ਆਪਣੇ ਮੈਂ ਵੀ ਮਗਰ ਹੀ ਉਹ ਜਾ ਕੇ ਭਾਈ ਉੱਥੇ ਉਹਦੇ ਹੱਥ ਪੈਰ ਪੁੱਠੇ ਭਾਈ ਸ਼ਮੀਰ ਦੇ ਮੈਂ ਪਰੇਸ਼ਾਨ ਮੈਂ ਕਿਹਾ ਯਾਰ ਅੱਲਾ ਖੈਰ ਕਰੇ ਇਹ ਮੈਨੂੰ ਘਰੋਂ ਚੁੱਕ ਕੇ ਲੈ ਕੇ ਜਾਂਦੇ ਸੀਗੇ ਸਾਰੇ ਜਿਹੜੇ ਸਰ ਜੀ ਮੈਂ ਫਿਰ ਨਾ ਇੱਕ ਬਾਬਾ ਜੀ ਕੋਲ ਗਿਆ ਮੈਂ ਉਹਨਾਂ ਕੋਲ ਦਮ ਦੁਮ ਕਰਾਇਆ ਉਹਨਾਂ ਨੇ ਮੈਨੂੰ ਤਵੀਜ਼ ਵਗੈਰਾ ਦਿੱਤਾ ਕਿ ਬੇਟਾ ਕਹਿੰਦਾ ਡਰਨਾ ਨਹੀਂ ਤੂੰ ਸਿਰਫ ਔਰ ਸਿਰਫ ਕੀ ਬਾਵਜੂ ਰਹਿਣਾ ਮੈਂ ਉਸਤਾਦ ਜੀ ਬਾਵਜੂ ਰਿਹਾ ਉਸ ਦਿਨ ਇੱਕ ਕਰੈਕਟਰ ਆ ਗਿਆ ਉਸਤਾਦ ਜੀ ਉੱਥੇ ਫਰੀਦ ਨਾ ਚਵਲਾ ਮਾਰ ਯਾਰ ਵੇਖਿਓ ਉਸਤਾਦ ਜੀ ਇੱਕ ਵਾਰ ਚੱਲ ਜਾ ਮੈਂ ਵੀ ਨਹੀਂ ਦੱਸਣੀ ਗੱਲ ਚੱਲ ਯਾਰ ਮੈਂ ਆਪਣੇ ਘਰ ਨਾ ਸਾਡਾ ਘਰ ਸੀ ਸੁਨਸਾਨ ਤੇ ਨਾ ਮੇਰੇ ਅੱਬੂ ਨਾ ਖੋਪਰਾ ਨਹੀਂ ਹੁੰਦਾ ਗਿਰੀ ਖੋਪਰਾ ਦਾ ਕੰਮ ਕਰਦੇ ਸੀ ਇਹਨੂੰ ਧੋਂਦੇ ਵੀ ਨੇ ਧੋਣ ਤੋਂ ਬਾਅਦ ਨਾ ਇਹਨੂੰ ਇੱਕ ਕਮਰੇ 'ਚ ਬੰਦ ਕਰਕੇ ਨਾ ਉਹਦੇ ਅੰਦਰ ਕੋਈ ਗੈਸ ਜੀ ਛੱਡ ਕੇ ਬਾਹਰੋਂ ਲੇਪ ਲੋਹੇ ਦਾ ਦਰਵਾਜ਼ਾ ਲਾ ਕੇ ਲੇਪ ਕਰ ਦਿੰਦੇ ਅੰਦਰੋਂ ਨਾ ਉਹ ਗੈਸ ਦੇ ਨਾਲ ਉਹ ਚਿੱਟੇ ਹੋ ਜਾਂਦੇ ਨੇ ਖੋਪਰੇ ਜਿਹੜੇ ਚਿੱਟੇ ਕਰ ਇਹ ਕਰਦੇ ਸੀ ਅੱਛਾ ਉਹ ਹੁਣ ਘਰ ਵੀ ਮਰਜ਼ੀ ਪੁਰੇ ਵਾਲੀ ਸਾਈਡ 'ਤੇ ਜਿੱਥੇ ਕੋਈ ਆਬਾਦੀ ਵੀ ਨਹੀਂ ਉੱਥੇ ਜਨਾਬ ਉਹ ਲੈ ਲਿਆ ਘਰ ਉਹਨਾਂ ਨੇ ਆਪਣੇ ਕੰਮਾਂ 'ਚ ਕਿਉਂਕਿ ਉਹਦੀ ਸਮੈਲ ਇੰਨੀ ਆਉਂਦੀ ਸੀ ਉਹ ਆਮ ਮਹੱਲਿਆਂ 'ਚ ਲੋਕ ਸਾਨੂੰ ਕਹਿੰਦੇ ਭਾਈ ਨਿਕਲੋ ਇੱਥੋਂ ਉਹ ਲਹਿਦਾ ਉਹਨੂੰ ਲੈ ਲਿਆ ਉੱਥੇ ਫਸਲਾਂ ਸੁਨਸਾਨ ਆਵਾਜ਼ਾਂ ਆਉਣੀਆਂ ਚੀਪੋ ਗਰੀਬ ਉਸਤਾਦ ਜੀ ਉਹ ਇੱਕ ਦਿਨ ਅਸੀਂ ਥੱਲੇ ਹਾਂ ਅਤੇ ਉਹ ਉੱਪਰ ਯਾਰ ਅੱਛਾ ਹੁਣ ਉਹ ਲਾ ਕੇ ਨਾ ਉਹ ਜਿਹੜਾ ਸਾਰਾ ਉਹ ਬੰਦ ਬੁੰਦ ਕਰਕੇ ਅਤੇ ਅਸੀਂ ਸੁੱਤੇ ਹਾਂ ਅਤੇ ਸਾਨੂੰ ਇੰਝ ਲੱਗੇ ਕਿ ਜਿਵੇਂ ਨਾ ਅੰਦਰੋਂ ਕੋਈ ਖੜਕਾ ਰਿਹਾ ਉਹਨੂੰ ਉਸ ਕਮਰੇ ਦੇ ਅੰਦਰੋਂ ਕੋਈ ਖੜਕਾ ਰਿਹਾ ਹਾਂ ਅੱਗ ਵਾਲੇ ਉੱਥੇ ਕੋਈ ਨਹੀਂ ਸਿਰਫ ਖੋਪਰਾ ਵਾ ਅਤੇ ਉਹ ਲੱਗਾ ਵਾ ਅੱਛਾ ਉਹ ਅੰਮੀ ਦੀ ਅੱਖ ਖੁੱਲ੍ਹੀ ਆ ਕਿਸੇ ਨੇ ਖੁੱਲ੍ਹੀ ਤਾਂ ਇੰਝ ਲੱਗੇ ਕੋਈ ਆਵਾਜ਼ਾਂ ਦੇ ਰਿਹਾ ਅਤੇ ਉਹ ਨਾ ਜਨਾਬ ਉਹਨੇ ਉੱਪਰ ਗਏ ਨੇ ਅੱਬੂ ਹਾਂਜੀ ਅੰਮੀ ਕਹਿੰਦੀ ਤੇਰੇ ਅੱਬੂ ਉੱਪਰ ਗਏ ਨੇ ਮੈਂ ਅਤੇ ਤੇਰੇ ਅੱਬੂ ਅਤੇ ਅਸੀਂ ਦੇਖਿਆ ਤੂੰ ਕੋਈ ਨਹੀਂ ਤਾਂ ਸਾਨੂੰ ਇੰਝ ਲੱਗੇ ਅੰਦਰੋਂ ਨਾ ਕੋਈ ਹੁਲਕੀ ਹੁਲਕੀ ਆਵਾਜ਼ ਨਾ ਕੋਈ ਆਵਾਜ਼ ਦੇ ਰਿਹਾ ਵਾ ਕੀ ਕੋਈ ਕੋਈ ਗੱਲ ਸਮਝ ਨਹੀਂ ਆ ਰਹੀ ਲੇਕਿਨ ਕੋਈ ਆਵਾਜ਼ ਦੇ ਰਿਹਾ ਅਤੇ ਅੱਬੂ ਮੇਰੇ ਨਾਲ ਹੱਸ ਕੇ ਅਤੇ ਕਹਿੰਦੇ ਅੰਮੀ ਕਹਿੰਦੀ ਉਹਨਾਂ ਨੇ ਮੈਂ ਉਹਨੂੰ ਕਿਹਾ ਕਿ ਨਹੀਂ ਤੁਸੀਂ ਇੰਨਾ ਖੋਲ੍ਹਿਓ ਅੱਬੂ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਉਹ ਮੇਰੇ ਅੱਬੂ ਨਾ ਮਤਲਬ ਉਹ ਵੀ ਨਹੀਂ ਸੀ ਡਰਦੇ ਹੁੰਦੇ ਉਸ ਇੱਦਾਂ ਦਾ ਹਿਸਾਬ ਸੀ ਉਹ ਕਹਿੰਦਾ ਮੇਰੇ ਅੱਬੂ ਨੇ ਉਹ ਮਿੱਟੀ ਲਾਈ ਸਾਹ ਜੀ ਮਿੱਟੀ ਇੰਝ ਕਰਕੇ ਲਾਈ ਆ ਅਤੇ ਅੰਦਰੋਂ ਹਨੇਰਾ ਸੀ ਮਿੱਟੀ ਲਾਈ ਆ ਅਤੇ ਉਹਨੂੰ ਇੰਝ ਕੀਤਾ ਅਤੇ ਹਨੇਰੇ ਦੇ ਵਿੱਚ ਉਹ ਯਾਰ ਮਜ਼ਾਕ ਕਰ ਰਿਹਾ ਇੱਦਾਂ ਦਾ ਕੁਛ ਵੀ ਹੈ ਵਿੱਚ ਉਹ ਮੈਨੂੰ ਜਿਹੜੀਆਂ ਛਾਵਾਂ ਵੱਜਦੀਆਂ ਸੀ ਨਾ ਤੇ ਮੈਨੂੰ ਐ ਸੀ ਮੈਂ ਕਿਹਾ ਯਾਰ ਭਾਈ ਸ਼ਬੀਰ ਮਾਰਦਾ ਜਾਂ ਭਾਈ ਵਸੀਮ ਮਾਰਦੇ ਆ ਮੈਂ ਛੇੜਖਾਨੀ ਕਰਦੇ ਖੈਰ ਮੈਂ ਨਾ ਦਮ ਦੁਮ ਕਰਾਇਆ ਤਵੀਜ਼ ਪਾਇਆ ਅਤੇ ਹੁਣ ਨਾ ਇੱਕ ਸ਼ੈ ਮੇਰੇ ਵੱਜੀ ਮੈਂ ਕਿਹਾ ਲਓ ਜੀ ਅੱਜ ਜਿਹੜਾ ਖੈਰ ਨਹੀਂ ਹੈ ਜਿਹੜਾ ਵੀ ਹੋਇਆ ਅੱਲਾ ਦੀ ਕਸਮ ਮੈਂ ਕੇਟਲੀ 'ਚ ਨਾ ਪਾਣੀ ਗਰਮ ਰੱਖ ਦਿੱਤਾ ਮੈਂ ਕਿਹਾ ਮੈਂ ਜਿੰਨ ਦੇ ਉੱਤੇ ਅੱਜ ਗਰਮ ਪਾਣੀ ਪਾਉਣਾ ਠੀਕ ਹੈ ਹੁਣ ਮੈਂ ਤੁਹਾਨੂੰ ਜੈਨਮਨ ਕਹਿਣ ਡਿਆ ਮੈਂ ਭਾਈ ਵੀ ਪਾਣੀ ਗਰਮ ਤੋਂ ਮੈਂ ਇੱਧਰੋਂ ਪਾਣੀ ਗਰਮ ਰੱਖ ਕੇ ਅਤੇ ਉੱਧਰੋਂ ਮੈਂ ਵਧੂ ਕਰਨ ਲੱਗ ਪਿਆ ਪੜ੍ਹਾਈ ਕੀਤੀ ਮੈਂ ਜਿੰਨਾ ਹੋ ਸਕਦਾ ਫੂਕ ਸ਼ੂਕ ਮਾਰ ਕੇ ਨਾ ਮੈਂ ਹੁਣ ਮੈਂ ਉਸਤਾਦ ਜੀ ਉੱਧਰੋਂ ਮੈਂ ਲੰਘਿਆ ਨਾ ਅਤੇ ਮੇਰੇ ਠੀਕਰੀ ਜੀ ਵੱਜੀ ਇੱਕ ਮੈਂ ਕਿਹਾ ਲਓ ਜੀ ਅੱਜ ਭਾਈ ਸ਼ਬੀਰ ਕਾਸ਼ ਦੀ ਖੈਰ ਨਹੀਂ
ਠੀਕ ਹੈ ਮੈਂ ਹੁਣ ਮੈਨੂੰ ਇਹ ਕਨਫਰਮ ਆ ਕਿ ਭਾਈ ਸ਼ਬੀਰ ਕਾਸ਼ ਠੀਕ ਹੈ ਅਤੇ ਫਿਰ ਉਸ ਤੋਂ ਬਾਅਦ ਆਉਣਾ ਉਸਤਾਦ ਜੀ ਮੈਂ ਕੀ ਕੀਤਾ ਭਲਾ ਮੈਂ ਵਜ਼ੂ ਕੀਤਾ ਅਤੇ ਮੈਂ ਫਿਰ ਨਾ ਹੁਣ ਉੱਤੋਂ ਦੀ ਗਿਆ ਵਾਂ ਉਸਤਾਦ ਜੀ ਉੱਤੋਂ ਦੀ ਗਿਆ ਵਾਂ ਅਤੇ ਮੈਨੂੰ ਨਾ ਬਲੈਕ ਜਿਹੇ ਉਹਨਾਂ ਉਸਤਾਦ ਜੀ ਉਹ ਨਜ਼ਰ ਆਏ ਨੇ ਵੱਡੇ ਵੱਡੇ ਕੁੜਲਾਂ ਵਾਲੇ ਵਾਲ ਫਰੀਦ ਸਾਹਿਬ ਪਾਣੀ ਬੁਲਬੁਲੇ ਮਾਰਨ ਡਿਆ ਗੁੜ 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 ਬੁਲਬੁਲੇ ਮਾਰਨ ਡਿਆ ਮੈਂ ਉਸਤਾਦ ਜੀ ਉਹ ਬਲੈਕ ਜਿਹੜਾ ਸੀ ਨਾ ਉਹ ਬੈਠਾ ਯਾਰ ਕੋਠੀ ਦੇ ਵਿੱਚ ਨਾ ਇੱਕ ਚੁਰਸਤਾ ਹੁੰਦਾ ਵਾ ਜਿਹੜਾ ਇੰਨਾ ਕੁ ਰਸਤਾ ਹੁੰਦਾ ਵਾ ਉਹ ਲੰਘਣ ਵਾਲਾ ਪਿੱਛੇ ਗਲੀ ਹੁੰਦੀ ਮੈਂ ਕੈਟਲ ਫੜੀ ਹੈ ਫਰੀਦ ਐਂ ਜੀ ਮੈਂ ਜਿੰਨ ਸਾਹਿਬ ਦੇ ਉੱਤੇ ਭਾਈ ਸ਼ਬੀਰ ਭਾਈ ਸ਼ਬੀਰ ਗਾਜ ਦਰਵਾਜ਼ਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਭਾਈ ਸ਼ਬੀਰ ਕਾਸ਼ ਮੈਂ ਪਰੇਸ਼ਾਨ ਫਰੀਦ ਮੈਂ ਕਿਹਾ ਯਾਰ ਜਿਸ ਬੰਦੇ ਤੇ ਮੈਂ ਪਾਣੀ ਪਾਇਆ ਕਸਮ ਨਾ ਕਰੋ ਮੈਂ ਪਤਾ ਹੀ ਨੀ ਲੱਗ ਦਰਵਾਜ਼ਾ ਖੋਲਿਆ ਤੇ ਭਾਈ ਸ਼ਬੀਰ ਕਾਸ਼ ਦਰਵਾਜ਼ੇ ਦੇ ਬਾਹਰ ਖਲੋਤਾ ਸੀ ਮੈਂ ਫਿਰ ਘਬਰਾ ਗਿਆ ਮੈਂ ਕਿਹਾ ਭਾਈ ਸ਼ਬੀਰ ਕਾਸ਼ ਤੇ ਮੈਂ ਪਾਣੀ ਪਾਇਆ ਮੈਂ ਫਿਰ ਉਸਤਾਦ ਜੀ ਮੈਂ ਡਰ ਗਿਆ ਮੈਂ ਭਾਈ ਸ਼ਬੀਰ ਕਾਸ਼ ਨੂੰ ਵੇਖਿਆ ਮੈਂ ਨਾ ਉਸਤਾਦ ਜੀ ਉੱਥੇ ਨਾ ਬੰਦੇ ਪਛਾਣੇ ਫਿਰ ਰੋਮੀ ਵੀ ਉੱਥੇ ਵਸੀਮ ਭਾਈ ਵੀ ਉੱਥੇ ਮੈਂ ਪਰੇਸ਼ਾਨ ਮੈਂ ਕਿਹਾ ਯਾਰ ਮੈਂ ਪਾਣੀ ਕਿਹਦੇ 'ਤੇ ਪਾਇਆ ਇਹ ਸਾਰੇ ਉੱਧਰ ਮੈਂ ਕਿਹਾ ਉਹ ਹਕੀਕਤ ਦੇ ਵਿੱਚ ਸੇਬਜ਼ਾਦਾ ਇਹਨਾਂ ਦਾ ਮਜ਼ਾਕ ਕਦੇ ਨਹੀਂ ਕਰੀਦਾ ਹੁੰਦਾ ਇਹ ਪੁੱਠਾ ਪੈ ਜਾਂਦਾ ਵਾ ਕੰਮ ਠੀਕ ਹੈ ਨਾ ਹਾਂ ਜੈਨਵਨ ਕਹਿਣ ਡੇ ਆਹੋ ਭਾਈ ਉਹ ਖੰਦੇ ਉਹ ਸਾਜੀ ਫਿਰ ਕੋਈ ਡਰਾਉਂਦੇ ਆ ਕੋਈ ਬਾਹਰ ਨਹੀਂ ਬਣਾਇਆ ਨਾ ਕਰੋ ਯਾਰ ਉਸਦੀ
ਇਹਦੇ ਨਾਲ ਵੀ ਡਰ ਡਰ ਲੱਗਦਾ ਦਵਾ ਜਾ ਕੋ ਗੱਲ ਮੈਂ ਤੁਹਾਨੂੰ ਉਸਤਾਦ ਜੀ ਨਾ ਵੀ ਕਰੋ ਯਾਰ ਦੇਖੋ ਤਾਂ ਨੂੰ ਲਾਲ ਦੇ ਦਰਾ ਲਾਲ ਦੇ ਦਰਾ ਉਸਤਾਦ ਜੀ ਨਾ ਕਰੋ ਉਸਤਾਦ ਜੀ ਕਸਮ ਨਾ ਕਰੋ कैसा मजा आया ये मैनू किसी ने भेजी सी पर पागल हो गया देख के मैं अंदर बैठा आराम ना देख लिया सकून ना मैं देख लिया गली दे विच बंदा जा रहा है ये सुनसान इलाका एकदम ब्लास स्क्रीन ते आई है मैं पिछे बजा जा उही मैं थानू उही विखाई मैं थानू उही मेरे सिर च पीड़ होने लग पिया अच्छा फैसल खुदा दी कसम सची मुची रोया अज ते फरीद भी अंदरों नथी हो गया सी ये ड्रामा स्टार फरीद ने मैं डराया ना मैं कह मैं तो अगे लभदा इदा का हिसाब मैनू लगे कोई चैनल सब्सक्राइब कर दो लाइक ही कर दो शेयर ही कर दो बेल लाइक चैनल सब्सक्राइब कर दो कुछ 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 चैनल सब्सक्राइब कर दो चैनल सब्सक्राइब हाँ जी हाँ मेरा चैनल सब्सक्राइब हो गया हाँ जी हाँ जी हाँ लाइक मौलवी तू भी कर दे मौलवी मेरे कमरे च बाहर दियां चीज़ां वा कित्थे गए आ जिहड़ा चैनल ना सब्सक्राइब करे उहदी रात नूं खा जाऊंगा मैं डराऊंगा अपना तुसीं बहुत ख्याल रखना कल नूं फिर तुहाडे नाल मुलाकात होएगी कल नूं फिर मुलाकात होएगी तुहाडे नाल अल्लाह हाफिज अल्लाह हाफिज बंद करते बंद करो दौड़ा दौड़ा